किरण चाह ले आ, हजे तक तेरी चाह ही नहीं आई हैगी। हाँ जी आई मम्मी जी। इनू कह दो सी चाह दा लिया। चाह बन गई ते खाना कुछ नाल? हां वेख पिन्नी पई चाई जी, पिन्नियां सवेरे सवेरे खान डे। अच्छा। हां मैनू बड़ी स्वाद लगी पिन्नी। चाई जी तां तो स्वाद ही लगदियां पिन्नियां। ਵਿਲਿਆ ਨੂੰ ਹੋਰ ਕਰਨਾ ਕੀ ਆਪਾਂ? ਹਾਂ ਸਵਾਦ ਹੀ ਲਾਣੇ ਨੇ ਤੇ ਹੋਰ ਕੀ, ਤੁਸੀਂ ਸਵਾਦ ਹੀ ਲਾਂਦੇ ਜੀ। ਤੇ ਮੰਮੀ ਨਾਸ਼ਤੇ ਵਿੱਚ ਕੀ ਬਣਾਵਾਂ? ਨਾਸ਼ਤੇ ਵਿੱਚ ਵੇਖ ਲਾ, ਕੋਈ ਆਲੂ ਦੇ ਪਰੌਂਠੇ ਪਰਾਂਠੇ ਬਣਾ ਲਾ। ਠੀਕ ਆ। ਤੇ ਡਿਨਰ? ਹਜੇ ਪਹਿਲਾਂ ਉਹ ਨਾਸ਼ਤਾ ਤੇ ਕਰਵਾ ਲਾ, ਡਿਨਰ ਬਾਅਦ ਚ ਵੇਖੀ ਜਾਊਗੀ। ਕਿ ਡਿਨਰ ਦੀ ਵੀ ਪ੍ਰੈਪਰੇਸ਼ਨ ਕਰ ਲੈਣੀ ਆ? ਕੋਈ ਨਹੀਂ, ਹਜੇ ਸਵੇਰ ਦਾ ਵੇਲੀ ਆ, ਦੁਪਹਿਰ ਦਾ ਤੈਨੂੰ ਨਾਲ ਹੀ ਪੈ ਗਿਆ। ਜਸਵੀਰ ਮੇਰੀ ਨਾ ਦਵਾਈ ਮੁੱਕੀ ਹੋਈ ਹੈ। ਹਾਂਜੀ। ਤੇ ਮੈਨੂੰ ਨਾ ਦਵਾਈ ਮੰਗਵਾ ਕੇ ਦੇ, ਮੇਰਾ ਸਰੀਰ ਹੱਡ ਪੈਰ ਬੜੇ ਦੁਖਣ ਡੇ ਨੇ। ਕੋਈ ਗੱਲ ਨਹੀਂ ਕਿਰਨ, ਇਸ ਨਾ ਕਰ ਤੂੰ ਦਵਾਈ ਲੈ ਆ ਜਾ ਕੇ। ਮੈਂ? ਹਾਂ ਤੂੰ ਲੈ ਕੇ ਆਣੀ ਦਵਾਈ, ਘਰ ਦਾ ਕੰਮ ਵੀ ਪਿਆ। ਉਹ ਤੇ ਸਾਰਾ ਕੰਮ ਘਰ ਦਾ ਤੇ ਅੱਗੇ ਕਰਦੀ ਰਹਿੰਦੀ, ਉਹ ਕਿੱਥੇ ਜਾਵੇਗੀ ਦਵਾਈ ਲੈਣ ਵਾਸਤੇ? ਤੁਸੀਂ ਕੀ ਕਰਦੇ ਜੇ ਮੁੰਡਾ ਦਵਾਈ ਲੈ ਕੇ ਆਵੇ, ਗੋਲਡੀ ਜਾ ਕੇ ਦਵਾਈ ਲੈ ਕੇ ਆਵੇ? ਤੂੰ ਲੈ ਆਵੇ ਉੱਥੇ ਕੀ ਹੈ? ਚਾਈ ਜੀ ਉਹ ਕੀ ਕਰੇ, ਉਹ ਦਫ਼ਤਰ ਦਾ ਕੰਮ ਕਰੇ, ਫਿਰ ਵਿਚਾਰਾ ਸਵੇਰੇ ਜਾਂਦਾ ਤੇ ਸ਼ਾਮ ਨੂੰ ਆਉਂਦਾ ਥੱਕ ਜਾਂਦਾ, ਇਹ ਵਿਹਲੀ ਕੀ ਕਰਦੀ ਹੈ? ਹਾਏ ਉਹ ਸਾਰਾ ਘਰ ਦਾ ਤੇ ਕੰਮ ਕਰਦੀ ਹੈ, ਉਹ ਕਹਿੰਦੀ ਕੀ ਕਰੇ ਉਹ ਵੀ? ਦੱਸ ਚਾਈ ਜੀ। ਪੁੱਤਰ ਕੋਈ ਗੱਲ ਨਹੀਂ, ਰੋਟੀ ਦਾ ਤੂੰ ਆ ਕੇ ਕਰ ਲਵੇਂ, ਤੇ ਜਾ ਪਹਿਲਾਂ ਦਵਾਈ ਲੈ ਕੇ ਆ ਜਾ ਕੇ। ਤੇ ਮੈਂ ਇਤਨਾ ਕਰਦੀ ਹਾਂ, ਜੇ ਦਾਲ ਖਾਣੀ ਹੈ ਨਾ ਤੇ ਮੈਂ ਦਾਲ ਚੜਾ ਜਾਂਦੀ ਹਾਂ, ਉਹਨੂੰ ਤੜਕਾ ਤੁਸੀਂ ਲਾ ਲਿਓ। ਦੱਸ ਪੁੱਤ ਤੇਰੇ ਹੱਥਾਂ 'ਚ ਪਤਾ ਨਹੀਂ ਕੀ ਜਾਦੂ ਆ, ਜਦੋਂ ਤੂੰ ਦਾਲ ਨੂੰ ਤੜਕਾ ਲਾਉਂਦੀ ਨਾ ਤੇ ਦਾਲ ਸਵਾਦ ਹੀ ਲੱਗ ਜਾਂਦੀ ਆ, ਤੇ ਨਾਲੇ ਸਾਰੇ ਜਾਣੇ ਖੁਸ਼ ਹੋ ਕੇ ਖਾਂਦੇ, ਮੇਰੇ ਹੱਥ ਦੇਖਦਾ ਕੋਈ ਖਾਂਦਾ ਹੀ ਨਹੀਂ ਹੈਗਾ। ਤੂੰ ਇੰਜ ਕਰ, ਜਾ ਕੇ ਦਵਾਈ ਲੈ ਆ, ਫਿਰ ਆ ਕੇ ਤੜਕਾ ਲਾ ਲਵੇ। ਜਾ ਮੇਰੀ ਧੀ ਜਾ ਜਾ ਜਾ। ਠੀਕ। ਚਾਈ ਜੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਕੀ? ਤੁਸੀਂ ਵੋਟੇ ਸਾਹਮਣੇ ਕਹੀ ਜਾਂਦੇ ਜੇ ਕਿ ਕੰਮ ਬੜਾ ਕਰਦੀ, ਕੀ ਕੰਮ ਕਰਦੀ ਉਹ ਸਾਰਾ ਦਿਨ? ਹਾਏ ਉਹ ਸਾਰਾ ਦਿਨ ਵੀ ਥੋੜੇ ਕੰਮ ਘਰਾਂ ਦੇ ਹੁੰਦੇ ਨੇ, ਰੋਟੀਆਂ ਪਕਾ ਕਿਤੇ ਸਬਜ਼ੀਆਂ ਬਣਾ ਕੱਪੜੇ ਧੋ ਭਾਂਡੇ ਮਾਂਜ, ਕਿਹੜਾ ਕਿਹੜਾ ਕੰਮ ਵਿਚਾਰੀ ਸਾਰਾ ਦਿਨ ਤੇ ਲੱਗੀ ਰਹਿੰਦੀ ਹੈ, ਹੋਰ ਵਿਚਾਰੀ ਕੀ ਕਰੇ? ਚਾਈ ਜੀ ਤੁਸੀਂ ਐਵੇਂ ਇਹਨਾਂ ਨੂੰ ਸਿਰ 'ਤੇ ਨਾ ਚੜਾ ਲਿਓ, ਤੁਹਾਨੂੰ ਮੈਂ ਦੱਸਾਂ। ਨਹੀਂ ਸਿਰ 'ਤੇ ਚੜਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਜਦੋਂ ਮੈਂ ਗੱਲ ਕਰਦੀ ਹੋਵਾਂ ਨਾ ਤੇ ਤੁਸੀਂ ਉਹਦੇ ਨਾਲ ਨਾ ਗੱਲ ਕਰਿਆ ਕਰੋ, ਕੱਲ ਨੂੰ ਜੇ ਤੇਜ਼ ਹੋ ਗਈ ਨਾ ਫਿਰ ਵੇਖਿਓ, ਮੇਰੇ ਕੋਲ ਨਹੀਂ ਜੇ ਕੰਮ ਕਾਰ ਹੁੰਦਾ, ਮੈਂ ਤੁਹਾਨੂੰ ਕਹਿ ਦਿੱਤਾ ਜੇ, ਫਿਰ ਨਾ ਮੈਨੂੰ ਕਿਉਂ ਦੱਸੋ ਜਾਨੀ ਕੀ ਕਰੇ? ਮੈਨੂੰ ਤੇ ਸਮਝ ਨਹੀਂ ਆਉਂਦੀ, ਤੁਸੀਂ ਪਤਾ ਨਹੀਂ ਕਿੱਥੋਂ ਬੋਲਦੇ ਜੇ। ਤੁਹਾਨੂੰ ਸਮਝ ਆਉਣੀ ਵੀ ਨਹੀਂ, ਸਾਰੀ ਉਮਰ ਹੋ ਗਈ ਉਹ ਪਹਿਲਾਂ ਤੁਹਾਡਾ ਕਰਜ਼ੀ ਨਾਲ, ਉਹ ਫਿਰ ਮੇਰਾ ਵੀ ਕਰਜ਼ੀ ਹੈ। ਚਾਹ ਪਾਣੀ ਮੈਨੂੰ ਵੀ ਦੇ, ਰੋਟੀ ਪਾਣੀ ਵੀ ਦੇ, ਤੁਹਾਨੂੰ ਵੀ ਦੇ, ਮੈਨੂੰ ਵੀ ਦੇ, ਸਾਰੇ ਜੀਆਂ ਨੂੰ ਦੇ। ਉਹਦਾ ਫਰਜ਼ ਹੈ ਝਾਈ ਜੀ, ਫਰਜ਼ ਤੇ ਹੈਗਾ ਠੀਕ ਹੈ ਵੀ, ਤੇ ਸੋਚੋ ਨਾ ਵਿਚਾਰੀ ਸਾਰਾ ਦਿਨ ਉਹ ਲੱਗੀ ਰਹਿੰਦੀ ਹੈਗੀ ਹੈ, ਫਰਜ਼ ਤੇ ਅਸੀਂ ਵੀ ਮੰਨਦੇ ਹਾਂ ਫਰਜ਼ ਹੈਗਾ ਉਹਦਾ, ਪਰ ਉਹਦਾ ਵੀ ਕੋਈ ਸੋਚਿਆ ਕਰੋ। ਜਸਵੀਰ ਹੈ ਨਾ ਜਿਹੜੀ, ਇਹ ਕੁਛ ਵੀ ਨਹੀਂ ਕੰਮ ਕਰਦੀ, ਸਾਰਾ ਦਿਨ ਇੱਥੇ ਬੈਠੀ ਰਹਿੰਦੀ ਹੈ ਅਤੇ ਸਾਰਾ ਦਿਨ ਨੂਨ ਕਹਿੰਦੀ ਰਹਿੰਦੀ ਹੈ, ਚੱਲ ਚੌਂਕੇ 'ਚ ਇਹ ਕੰਮ ਕਰ ਇਹ ਕਰ, ਉਹ ਵਿਚਾਰੀ ਭੋਲੀ ਗਈ ਹੈ, ਉਹ ਜਿਸ ਤਰ੍ਹਾਂ ਕੋਈ ਕਹਿੰਦਾ ਉਸ ਤਰ੍ਹਾਂ ਉਹ ਮਗਰ ਲੱਗ ਜਾਂਦੀ ਹੈ, ਅਤੇ ਪਹਿਲਾਂ ਵੀ ਇਹਨੇ ਕਦੀ ਕੋਈ ਕੰਮ ਨਹੀਂ ਕੀਤਾ। ਇਹਨੂੰ ਕਿੰਨਾ ਮੈਂ ਕਹਿੰਦੀ ਹੁੰਦੀ ਹਾਂ ਜਸਵੀਰ ਆਹ ਕੰਮ ਕਰ ਇਹ ਕਰ, ਅਤੇ ਪਰ ਇਹ ਮਾਂ ਦੀ ਧੀ ਹਿਲਦੀ ਨਹੀਂ ਉੱਥੋਂ ਕਿਤੇ। ਉਹ ਨਾ ਮੈਨੂੰ ਥੋੜ੍ਹੇ ਜਿਹੇ ਪੈਸੇ ਚਾਹੀਦੇ ਸੀਗੇ ਮੈਡੀਸਨ ਵਾਸਤੇ, ਦਾਦੀ ਦੀ ਮੈਡੀਸਨ ਖਤਮ ਹੋ ਗਈ ਆ ਤੇ ਉਹਨਾਂ ਦੀ ਮੈਡੀਸਨ ਲਿਆਣੀਆਂ ਸੀਗੀ। ਤੇ ਮੈਨੂੰ ਵਟਸਐਪ ਕਰ ਦੇ, ਮੈਂ ਲੈ ਆਉਂਦਾ ਵਾਂ, ਮੈਂ ਜਦੋਂ ਆਉਂਗਾ ਆਉਂਦਾ ਹੁੰਦਾ ਲੈ ਆਉਂਗਾ। ਤੇ ਆਹ ਕੀ ਕਰਦੇ, ਸਿਰ ਨਹੀਂ ਵਾਸ਼ ਕੀਤਾ ਜੀ? ਸਿਰ ਤੇ ਵਾਸ਼ ਕੀਤਾ ਵਾ, ਮੰਮੀ ਕਹਿ ਰਹੇ ਸੀਗੇ ਕਿ ਤੂੰ ਹੀ ਲੈ ਆਈ ਦਵਾਈਆਂ, ਉਹ ਕਿਤੇ ਖੱਪਦਾ ਹੋਊਗਾ, ਉਹ ਵਿਚਾਰਾ ਥੱਕਿਆ ਹੋਣਾ ਵਾ ਤੇ ਤੂੰ ਲੈ ਆਈ ਜਾ ਕੇ ਆਪੇ। ਮੰਮੀ ਇਹ ਗੱਲ ਕਹੀ ਕਿ ਤੂੰ ਜਾ ਕੇ ਲੈ ਆ? ਹਾਂਜੀ ਮੰਮੀ ਕਹਿੰਦੇ ਸੀਗੇ। ਮੰਮੀ ਕਿਸ ਤਰ੍ਹਾਂ ਕਹਿ ਦਿੱਤੀ? ਮੰਮੀ ਨਹੀਂ ਕਹਿ ਸਕਦੇ ਗੱਲ, ਮੰਮੀ ਨੇ ਕਿਹਾ ਵਾ, ਦਾਦੀ ਜੀ ਦੇ ਸਾਹਮਣੇ ਕਿਹਾ ਵਾ। ਮੈਂ ਕਰਦਾ ਗੱਲ ਤੋਂ ਜਾ, ਮੈਂ ਪੁੱਛਦਾ ਮੰਮੀ ਨੂੰ। ਮੈਂ ਤੇਰੇ ਕੋਲ ਹੀ ਆਣ ਲੱਗੀ। ਆ ਲੈ ਮੰਮੀ। ਆ ਗਈ ਤਾਂ ਆ ਮੰਮੀ। ਹਾਂ ਤੁਸੀਂ ਕੀ ਕਹਿੰਦੇ, ਇੱਧਰ ਆਓ ਪਹਿਲਾਂ ਮੇਰੀ ਗੱਲ ਸੁਣੋ। ਹਾਂ ਪੁੱਤ ਪਹਿਲਾਂ ਮੇਰੀ ਗੱਲ ਸੁਣੋ। ਹਾਂ ਬੇਟਾ ਆ ਦਰਵਾਜ਼ਾ ਬੰਦ ਕਰ ਦੋ। ਮੰਮੀ ਤੁਸੀਂ ਆ ਕੀ ਕਹਿ ਦਿੱਤਾ ਵਾ? ਕੀ ਕਹਿ ਦਿੱਤਾ? ਕਿਹਦੀ ਦਵਾਈ ਲਿਆਉਣੀ ਆ? ਤੇਰੀ ਦਾਦੀ ਦੀ। ਇਹਨੇ ਜਾ ਕੇ ਲਿਆਉਣੀ ਆ ਤੇ ਇਹ ਲੈ ਕੇ ਆਊਗੀ।
ਮੇਰੇ ਘਰ ਤੂੰ ਉਹਨੂੰ ਕੀ ਕਿਹਾ ਈ ਤੁਸੀਂ ਮੈਨੂੰ ਵਟਸਐਪ ਕਰ ਦੋ ਜਿਹੜੀਆਂ ਵੀ ਨਾਮ ਲਾ ਵਟਸਐਪ ਕਰ ਦੋ ਮੈਂ ਲੈ ਆਉਂਗਾ ਇਹਦਾ ਕੀ ਮਤਲਬ ਆ ਜਾਣ ਦਾ ਇਹਦਾ ਕੀ ਮਤਲਬ ਆ ਸਾਰਾ ਮਤਲਬ ਹੀ ਇਹਦਾ ਕਿਉਂ ਮੇਰੀ ਗੱਲ ਸੁਣ ਨੂੰਹਾਂ ਨੂੰ ਕੰਮ ਡਾਹ ਛੱਡੀ ਦਿੰਦਾ ਤੂੰ ਮੇਰੀ ਗੱਲ ਸੁਣ ਦਫ਼ਤਰ ਜਾਂਦਾ ਸਾਰਾ ਦਿਨ ਥੱਕ ਜਾਂਦਾ ਉਹਨੂੰ ਕੰਮ ਕਰਦੇ ਤੇ ਤੂੰ ਮੇਰੀ ਗੱਲ ਵਿੱਚ ਬਹੁਤਾ ਬੋਲਿਆ ਨਾ ਕਰ ਜਿੰਨੀ ਮੈਂ ਗੱਲ ਕਹਿਤੀ ਆ ਓਨੀ ਰਹਿਣ ਦਿਆ ਕਰ ਮੰਮੀ ਬੱਚਿਆਂ ਵਾਲੀ ਗੱਲ ਨਾ ਕਰੋ ਜਿਹੜੇ ਕੰਮ ਬੰਦਿਆਂ ਦੇ ਉਹ ਬੰਦਿਆਂ ਨੂੰ ਸੋਹਣੇ ਲੱਗਦੇ ਆ ਜਿਹੜੇ ਕੰਮ ਜਨਾਨੀਆਂ ਦੇ ਉਹ ਜਨਾਨੀਆਂ ਨੂੰ ਸੋਹਣੇ ਲੱਗਦੇ ਆ ਤੂੰ ਜ਼ਿਆਦਾ ਬੋਲਣਾ ਤੈਨੂੰ ਮੈਂ ਦੱਸਾਂ ਤੈਨੂੰ ਜਿਤਨਾ ਮੈਂ ਕਹਿਤਾ ਉਤਰਾ ਹੀ ਚੱਲਣ ਦੇ ਬੋਲਣ ਤੇ ਤੁਸੀਂ ਅੱਜ ਤੱਕ ਕਿਸੇ ਨੂੰ ਦਿੱਤਾ ਹੀ ਨਹੀਂ ਜਿਤਨਾ ਮੈਂ ਕਹਿੰਦੀ ਨਾ ਉਤਰਾ ਕਰਿਆ ਕਰ ਉਹਨੇ ਸਾਰਾ ਦਿਨ ਕੀ ਕਰਨਾ ਹੁੰਦਾ ਬਸ ਮਾੜੀ ਜਿਹੀ ਸਬਜ਼ੀ ਬਣਾ ਲਈ ਦੋ ਕੁ ਫੁਲਕੇ ਲਾ ਕੇ ਤੇ ਬੈਠੀ ਰਹਿੰਦੀ ਆ ਮੈਂ ਜਿਤਨਾ ਕਹਿੰਦੀ ਮੇਰੀ ਘਰ ਚ ਉਤਰਾ ਚੱਲਣੀ ਚਾਹੀਦੀ ਆ ਤੈਨੂੰ ਮੈਂ ਕਹਿਤਾ ਨਹੀਂ ਅੱਜ ਤੱਕ ਤੁਹਾਡੀ ਹੋਈ ਚੱਲੀ ਆ ਤੇ ਗਾਂ ਵੀ ਮੇਰੀ ਹੀ ਚੱਲਣੀ ਤੈਨੂੰ ਮੈਂ ਕਹਿਤਾ ਜਿੰਨਾ ਕੁ ਤੁਸੀਂ ਮਾੜਾ ਜਿਹਾ ਉਹਦਾ ਕਹਿਣ ਡੇ ਜੇ ਨਾ ਉਨਾ ਕੁ ਮਾੜਾ ਜਿਹਾ ਤੁਸੀਂ ਕਰ ਲਿਆ ਕਰੋ ਜੇ ਤੁਹਾਨੂੰ ਘੱਟ ਲੱਗਦਾ ਤੇ ਤੇਰਾ ਕੀ ਮਤਲਬ ਆ ਘਰ ਦਾ ਕੰਮ ਮੈਂ ਕਰਾਂ ਚੰਗਾ ਤੂੰ ਮੇਰਾ ਪੁੱਤ ਆ ਮਾਂ ਨੂੰ ਕਹਿਣ ਡਿਆ ਕੰਮ ਕਰ ਮੇਰੀ ਗੱਲ ਸੁਣ ਜੂ ਮੈਂ ਵਿਆਹ ਹੀ ਆਈ ਆ ਸਾਰੇ ਘਰ ਦਾ ਕੰਮ ਮੈਂ ਹੀ ਕਰਦੀ ਆ ਹੁਣ ਮੇਰੇ ਦਿਲ ਆ ਬਹਿਣ ਦੇ ਮੈਂ ਨਹੀਂ ਕੰਮ ਬੈਠੋ ਤੁਹਾਨੂੰ ਇਹ ਨਹੀਂ ਮੈਂ ਕਿੰਨਾ ਕੰਮ ਕਰੋ ਪਰ ਇਤਨਾ ਇੰਟਰਫੇਰੈਂਸ ਨਾ ਕਰੋ ਕੁੜੀ ਵੀ ਸਾਂਭੇ ਉਹ ਕੰਮ ਵੀ ਕਰੇ ਬਾਜ਼ਾਰ ਦਾ ਵੀ ਕਰੇ ਹਾਂ ਬਾਜ਼ਾਰ ਦਾ ਹੀ ਕਰੇ ਮੇਰੀ ਗੱਲ ਸੁਣ ਤੂੰ ਉਹਦੇ ਸਾਹਮਣੇ ਨਾ ਕਿਆ ਕਰ ਚੁੱਪ ਕੀਤਾ ਰਹਿ ਜਾਂ ਤੂੰ ਆਪਣਾ ਕੰਮ ਕਰ ਆਪੀ ਬਾਜ਼ਾਰ ਦਾ ਹੀ ਕੰਮ ਕਰੂਗੀ ਉਹ ਮੈਨੂੰ ਵਟਸਐਪ ਕਰ ਦਿਓ ਮੈਂ ਲੈ ਆਉਂ ਬਾਜ਼ਾਰ ਉਹੋ ਹੀ ਜਾਏਗੀ ਤੇ ਉਹੋ ਹੀ ਜਾਏਗੀ ਮੇਰਾ ਫੈਸਲਾ ਮੇਰੀ ਗੱਲ ਵਿੱਚ ਬੋਲਣ ਦੀ ਜ਼ਰੂਰਤ ਨਾ ਕਰ ਤੂੰ ਜ਼ਿਆਦਾ ਬੋਲੀ ਜਾਂਦਾ ਆਖੇ ਬਾਜ਼ਾਰ ਕਿਉਂ ਜਾਊਗੀ ਦਵਾਈਆਂ ਤਾਂ ਲੈ ਲਈਆਂ ਮੈਂ ਸਾਰੀਆਂ ਜੋ ਜੋ ਕਿਹਾ ਸੀ ਨਾ ਮੰਮੀ ਨੇ ਸਾਰੀਆਂ ਲੈ ਲਈਆਂ ਅਤੇ ਹੁਣ ਕਿਚਨ ਦਾ ਵੀ ਕੰਮ ਇੰਨਾ ਪਿਆ ਸਬਜ਼ੀ ਰੋਟੀ ਸਾਰੇ ਸਫਾਈ ਅਤੇ ਮੈਂ ਹੁਣ ਸੋਚਣੀ ਹਾਂ ਫਟਾਫਟ ਉਹਨਾਂ ਨੂੰ ਦਵਾਈਆਂ ਦੇ ਕੇ ਨਾ ਰਸੋਈ ਦਾ ਕੰਮ ਖਤਮ ਕਰਾਂ ਦਾਦੀ ਜੀ ਮੈਂ ਨਾ ਲੈ ਆਈ ਆ ਮਾਰਕੀਟ ਤੋਂ ਸਾਰਾ ਕੁਛ ਤੇ ਤੁਹਾਡੀਆਂ ਦਵਾਈਆਂ ਵੀ ਲੈ ਆਈ ਤੇ ਹੋਰ ਵੀ ਥੋੜਾ ਸਮਾਨ ਸੀਗਾ ਉਹ ਵੀ ਲੈ ਕੇ ਆਈ ਆ ਤੇ ਆਹ ਵੇਖ ਲਓ ਇਹੋ ਹੀ ਹੈਗੀਆਂ ਨਾ ਦਵਾਈਆਂ ਤੁਹਾਡੀਆਂ ਤੇ ਬਾਕੀ ਪੈਸੇ ਬਚੇ ਆ ਮੰਮੀ ਨੂੰ ਥੋੜਾ ਜਿਹਾ ਹਿਸਾਬ ਦੇ ਦੇਣੇ ਕਿੰਨੇ ਹਨਾ ਮੰਮੀ ਨੂੰ ਥੋੜਾ ਹਿਸਾਬ ਦੇਣਾ ਨਹੀਂ ਮੈਂ ਕਿਹਾ ਪੈਸੇ ਜਿਹੜੇ ਬਚੇ ਆ ਉਹਨਾਂ ਨੂੰ ਮੈਂ ਦੱਸ ਦਵਾਂ ਹੈ ਤੇ ਕੋਈ ਗੱਲ ਨਹੀਂ ਤੂੰ ਆਪਣੇ ਕੋਲ ਸੋ ਰੱਖ ਮੁੜਕੇ ਕੱਲ ਮੈਂ ਫਿਰ ਨੀ ਕੰਮ ਆਣੇ ਆ ਫਿਰ ਦਵਾਈਆਂ ਦਵਾਈਆਂ ਕੱਟਾਂ ਫਿਰ ਉਹਨਾਂ ਕੋਲ ਮੰਗੇਗੇ ਬਈ ਆਪਣੇ ਕੋਲ ਹੀ ਰੱਖ ਲੈ ਨਹੀਂ ਦਾਦੀ ਚੰਗਾ ਨਹੀਂ ਲੱਗਦਾ ਨਹੀਂ ਚੰਗਾ ਵੀ ਇਹਦੇ ਵਿੱਚ ਕਿਹੜੀ ਗੱਲ ਹੈਗੀ ਹੈ ਤੂੰ ਕਹਿੰਦਾ ਹਿਸਾਬ ਲੈਣਾ ਥੋੜੇ ਮੋਟੇ ਪੈਸੇ ਬਚੇ ਆ ਕੱਲ੍ਹ ਫਿਰ ਮੈਂ ਜਦੋਂ ਦਵਾਈਆਂ ਕੱਟਣ ਹੋ ਗਿਆ ਫਿਰ ਉਹਨਾਂ ਕੋਲ ਮੰਗੇਗੀ ਤੂੰ ਆਪਣੇ ਕੋਲ ਹੀ ਸਗੋਂ ਰੱਖ ਲੈ ਪੁੱਤਰ ਤੂੰ ਤਾਂ ਘਰ ਦੀ ਮਾਲਕਣ ਹੈਗੀ ਹੈ ਅਤੇ ਕੱਲ੍ਹ ਫਿਰ ਤੈਨੂੰ ਪੈਸੇ ਦੇਣ ਦੀ ਫਿਰ ਲੋੜ ਪੈਣੀ ਹੈ ਫਿਰ ਤਾਂ ਮੰਗੇਗੀ ਉਹਨਾਂ ਕੋਲੋਂ ਮੈਂ ਦੱਸਾਂ ਤੂੰ ਆਪਣੇ ਕੋਲ ਹੀ ਸਾਰੇ ਪੈਸੇ ਨਾ ਰੱਖ ਲੈ ਬਾਕੀ ਦੇ ਮੈਂ ਠੀਕ ਹੈ ਦਾਦੀ ਜੀ ਜਿਵੇਂ ਤੁਸੀਂ ਕਹਿੰਦੇ ਹਾਂ ਉਹਨਾਂ ਨੂੰ ਜਸਵੀਰ ਉਹਨਾਂ ਦੇ ਵੀ ਮੁੜ ਕੇ ਫਿਰ ਮੁੜ ਕੇ ਉਹਦੇ ਕੋਲ ਮੰਗੇਗੀ ਫਿਰ ਬਾਜ਼ਾਰ ਜਾਵੇਗੀ ਤੈਨੂੰ ਵੀ ਤਾਂ ਕਿਸੇ ਚੀਜ਼ ਦੀ ਲੋੜ ਹੁੰਦੀ ਹੋਵੇ ਨਾ ਤੂੰ ਆਪਣੇ ਕੋਲ ਰੱਖ ਲੈ ਪੈਸੇ ਚਲੋ ਠੀਕ ਆ ਫਿਰ ਮੈਂ ਨਾ ਦਾਲ ਉਹਨਾਂ ਨੇ ਕਿਹਾ ਸੀ ਨਾ ਮੰਮੀ ਨੇ ਦਾਲ ਬਣਾ ਲਿਓ ਤੇ ਮੈਂ ਦਾਲ ਬਣਾ ਲੈਂਦੀ ਹਾਂ ਤੇ ਨਾਸ਼ਤਾ ਤੇ ਤੁਸੀਂ ਕਰ ਲਿਆ ਸਾਰਿਆਂ ਨੇ ਹਾਂ ਤੇ ਮੈਂ ਹੁਣ ਜਾਣੀ ਐ ਫਿਰ ਜਿੰਨੂੰ ਦਾ ਸਭ ਨੂੰ ਦੇਵੇ ਬਹੁਤ ਚੰਗੀ ਹੈ ਮੇਰੀ ਭੋਲੀ ਨੂੰ ਹੈਗੀ ਹੈ ਤੇ ਬੜੀ ਕਰਮਾਲੀ ਜਦੋਂ ਦੀ ਆਈ ਮੇਰੀ ਇੰਨੀ ਸੇਵਾ ਵਿਚਾਰੀ ਕਰਦੀ ਬਹੁਤ ਸੇਵਾ ਕਰਦੀ ਹੈ ਤੇ ਹੁਣ ਤੂੰ ਵੀ ਦੱਸ ਤੁਹਾਨੂੰ ਤੇ ਨਹੀਂ ਕੋਈ ਚਾਹੀਦਾ ਖਾਣ ਨਹੀਂ 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 ਮੈਨੂੰ ਕੁਛ ਨਹੀਂ ਚਾਹੀਦਾ ਬਸ ਆ ਮੈਨੂੰ ਦਵਾਈਆਂ ਦੀ ਲੋੜ ਹੈਗੀ ਸੀ ਬਸ ਤੂੰ ਮੈਨੂੰ ਇਹ ਲਿਆ ਦਿੱਤੀਆਂ ਬਸ ਉਹਨਾਂ ਨੇ 5 ਗਲਾਸ ਕੱਢੇ ਆ ਤੇ ਮੈਂ ਇੱਕ ਅੱਧੀ ਗੋਲੀ ਖਾ ਲਵਾਂ ਤੇ ਜਿਹੜਾ ਮੇਰਾ ਸਰੀਰ ਥੋੜ੍ਹਾ ਜਿਹਾ ਤੰਦਰੁਸਤ ਹੋ ਜਾਵੇ ਚਲੋ ਠੀਕ ਹੈ ਦਾਦੀ ਜੀ ਹਾਂ ਚੰਗਾ ਬਹੁਤ ਹੀ ਚੰਗੀ ਵਿਚਾਰੀ ਹੋਈ ਹੈ ਨਾ ਇੰਨੀ ਸੇਵਾ ਮੇਰੀ ਕਰਦੀ ਰੱਬ ਕਿਤੇ ਨੂੰ ਭਾਗ ਲਾਵੇ ਮੈਂ ਕਹਿੰਦੀ ਹਾਂ ਇਹੋ ਜਿਹੇ ਨੂੰ ਰੱਬ ਸਭ ਨੂੰ ਦੇਵੇ ਮੈਂ ਬਹੁਤ ਹੀ ਚੰਗੀ ਕਰਮਾਂ ਵਾਲੀ ਮੇਰੀ ਨੂੰਹ ਹੈ ਮੈਂ ਦੱਸਾਂ ਜਿੱਤੇ ਕਰਮਾਂ ਵਾਲੀਆਂ ਨੂੰਹਾਂ ਕਿਸੇ ਕਿਸੇ ਨੂੰ ਮਿਲਦੀਆਂ ਨੇ
मैं तो पता नहीं कि कर्म चंगे करके आई हाँ कि जी मेरी यह नूह मिली। महाराज सब नोजी नूह दे कि करमा वाली मेरी नूह इन्नी मेरी सेवा करती है, बैठी थान पर मैं रोटी पानी सब कुछ दवाइया सब कुछ दिदियाँ। तो आ जी जसवीर है ना ये तो वड्डन योगी हैगी है, इन्हू तो कोई कम कह दो ना, ये बस एक ही कह दें मेरे को नहीं होंगे मेरे को नहीं होंगे भी दस तू कम करेंगी तो ही है ना, मैनू भी कुछ दवाइया शवाइया देंगी कुछ वो मदद करा हाथ पैर वो भी मंडा मैनू भी थोड़ा कुछ मेरे को भी पुछ। तो आ तो कख नहीं करती बस बस बैठी थान पर बस रो मारी जाएगी नून कहेगी फलानी चीज बना रोटी बना वो कर वो बेचारी की करे कि पासे हो मेरी सेवा करे ताड़ी करे कितने कितने जाए वह बेचारी कली कपती रही सारा दिन बेचारी उन्होंने तो कोई नहीं बेचारा कोई पुछता भी तू थक गई है तू भी घड़ी कह जा। किचन तो सारी हो गई है साफ तो हम मैं पुछदी हाँ कि दोपहर के खाने में की खाना वा तो भांडे वगैरह सारे साफ कर ले हूँ रोटी की तैयारी करिए फटाफट मम्मी को पुछदी हाँ की खाना उन्होंने किरण है। हाँ जी मम्मी आई एक मिनट जल्दी आ दवाइयां ले आंदियां हैं। हाँ जी हाँ जी ले आंदियां हैं। इधर आ मेनू गल सुन इधर आ जा किरण है आ जा हुण मेरी गल ते सुन ला इधर आ। हाँ जी मम्मी दवाइयां ले आंदियां। हाँ जी मम्मी सारिया दवाइया लैन दिया जेडी जेडी कही सी ना वो सारिया लैन दिया दादी नु देतिया विखातिया पक्की गल है तू कलिया दवाइया लैके आई होनी तेन पता ना आलू गंढे भी मुके हुए वह भी लेने से वह भी लैन दे मम्मी लैन दे। हाँ जी ते तेन सिरे गोल्डी ने पैसे दते असि ते बाकी पैसे दे दे मेनू केड़े पैसे मम्मी ले दवाइया फ्री आई पैसे दते असि ना तेन उन्ने ते ओदिया दवाइया आई उस 500 बचे आ आहा जे बचे आ ते मेनू दे मेरी तली दे रख ते तू पैसे क्यों रख ले। नहीं मम्मी ओ दादी ने कहा सी ना तू रख ला तू अगे भी ते मार्केट जाना ते समान समूह लियांदे काम आणगे तेरे दादी ने कहा। हां जी हां जी दादी कौन हुंदी आ दादी कौन हुंदी आ ते तू दादी दे गए ते नहीं चलना तू दादी दी नूह नहीं तू मेरी नूह आ पैसे फड़ा दे चल वेख किड्डी चलाक आ पैसे मुट्ठी विच रखे होए आ अज तो यह काम कर ले ते गां तो नहीं यह काम करना जदों बाजारो समान लेके आनी है ना तो उस वेलू पैसे दया कर तेरे मैं कहता है पता नहीं इन्हें कदे इन्हू पैसे फड़ाते मैं क्या भी है इन्हू कि लेंदे ने पैसे ना फड़ावी इन जी मेरी भोली नूह हैगी है ना इन कुछ भी नहीं पता लगता चुप करके जसवीर ने सारे पैसे फड़ा ही जाके दस इन मैं क्या भी अपने को रख पैसे कल फिर पैसे पूरा की लौट पै जाती है दस इनू की लौट पई सी जसवीर न फड़ा दी पैसे दस वो थोड़े पैसे है ने कहनी मैं पैसे दे पैसे फड़ा ये थोड़ी गल हूँ कि कल उन्हें फिर बाजार जाना कोई दवाई कोई दुर्बल कोई सब्जी कोई भाजी कोई अपना ही कुछ बेचारी ने लिया हों आंदा सारी रोह पा लग पी दे मैं पैसे पैसे फड़ा मैं कल पैसे फड़ावे वो दस वो घर दी नूह तो ही नहीं हैगी दस उन्होंने नहीं कोई लोड़ लूड़ है कोई पैसे ढेले का किरण किरण की करती पई है। हाँ जी दादी जी की करन डई है। मैं ताडे लिए अमरूद वेखन दी सी। अमरूद वेखन डई सा? हाँ जी हाँ जी ते बने होए नहीं कच्चे ही आ सारे। चल तू रहन दे तू इंज करी जदों बाजार जावेंगी ना उदों मेरे वास्ते ले आवेंगी बाजारों कोई ना कोई चीज खाण पीण वास्ते खावांगी ते फेर ही है। ठीक है। जो बाकी पैसे बचे सी ओह कित्थे ही? ओह पैसे दादी जी मम्मी ने लै ले। ओह कौन हुंदी है पैसे लैण वाली? उन्हें नहीं पता लगता कि कल तू फिर बाजार बजू जाना फिर पैसे ढेले की लौड़ है फिर मुड़ मुड़ करके मंगे नहीं वो कलो। मैं तो उन्होंने कहा सी पर कहते जेडे भी पैसे है मैनू फड़ा दे। तेन जो मैं कह दी सा तू पैसे नहीं फड़ाने तू पैसे क्यों फड़ाए? कोई नहीं दादी जी उन्होंने को पैसे मेरे को पैसे एको ही गल नहीं ना जब मैं जो तेन कह दी सा तू पैसे नहीं सी देने। कोई नहीं दादी तू रही भोली दी भोली चलो हम तुम दसो तुम कुछ खाना वा? नहीं मैं तो अजे कुछ नहीं खाना बस हूँ ठहर के खावगी हूँ तेरे सामने चाह पीती है हूँ
ਨਾਲ ਤੋਂ ਇੱਕ ਮੈਨੂੰ ਬੜੀ ਵਧੀਆ ਪਿੰਨੀ ਖਵਾਤੀ ਉਹਦੇ ਨਾਲ ਮੈਨੂੰ ਥੋੜਾ ਜਿਹਾ ਆਸਰਾ ਹੋ ਗਿਆ। ਹਾਂਜੀ ਪਿੰਨੀ ਦਾ ਧਿਆਨ ਆਇਓ ਧਿਆਨ। ਹਾਂ ਹਾਂ ਦਾਦੀ ਜੀ ਮੈਂ ਨਾ ਥੋੜਾ ਕਿਚਨ ਦਾ ਕੰਮ ਵੇਖਾਂ ਕਿਉਂਕਿ ਹਜੇ ਉਹ ਬਣਨ ਵਾਲਾ ਨਾ ਦੁਪਹਿਰ ਦਾ ਵੀ ਖਾਣਾ ਤੇ ਫਿਰ ਮੰਮੀ ਆ ਗਈ ਉਹਨਾਂ ਨੇ ਕਹਿਣਾ ਕੁਛ ਬਣਿਆ ਨਹੀਂ ਆ। ਕੋਈ ਗੱਲ ਨਹੀਂ ਹੈਗੀ ਬਹਿਜਾ ਕੁਛ ਨਹੀਂ ਹੁੰਦਾ ਮੈਂ ਦੱਸਾਂ ਆਪ ਤੇ ਉਹ ਵੇਖਾ ਰਜਾਈ ਦੇ ਵਿੱਚ ਵੜੀ ਹੋਈ ਹੈ ਉਹਨੂੰ ਕੁਛ ਨਹੀਂ ਪਤਾ ਲੱਗਦਾ ਕਿ ਮੈਂ ਉੱਠ ਕੇ ਥੋੜਾ ਬਹੁਤਾ ਕੰਮ ਹੀ ਕਰ ਦੇਵਾਂ ਮਾਸਾ ਵੀ। ਚਲੋ ਕੋਈ ਨਹੀਂ ਦਾਦੀ ਜੀ ਮੈਂ ਕਰ ਲੈਂਦੀ ਤੁਹਾਨੂੰ ਪਤਾ ਮੈਨੂੰ ਆਦਤ ਹੈਗੀ ਮੈਂ ਕਰ ਲੈਣਾ। ਭਾਵੇਂ ਚੱਲ ਠੀਕ ਹੈ ਤੈਨੂੰ ਆਦਤ ਹੈਗੀ ਸਾਰਾ ਦਿਨ ਤਾਂ ਤੂੰ ਅੱਗੇ ਲੱਗੀ ਰਹਿੰਦੀ ਹੈ ਸਾਰਾ ਦਿਨ ਹੋਰ ਜਾਏ ਜੀ ਚਾਹ ਵੇਖ ਅੰਦਰ ਜਾ ਕੇ ਵੇਖ ਸਹੀ ਕਿਸ ਤਰ੍ਹਾਂ ਘਰਾਣੇ ਮਾਰ ਕੇ ਸੁੱਤੀ ਪਈ ਉਹਨੂੰ ਕੋਈ ਪਤਾ ਹੀ ਨਹੀਂ ਕੋਈ ਆਇਆ ਕੋਈ ਗਿਆ ਨਾ ਉਹਨੂੰ ਕੋਈ ਰੋਟੀ ਦਾ ਫਿਕਰ ਨਾ ਉਹਨੂੰ ਪਾਣੀ ਦਾ ਫਿਕਰ ਕਿਸੇ ਚੀਜ਼ ਦਾ ਉਹਨੂੰ ਫਿਕਰ ਹੀ ਨਹੀਂ ਹੈਗੀ ਉਲਟਾ ਰੋਹ ਵੀ ਪਾਈ ਜਾਏਗੀ ਮੈਨੂੰ ਆਹ ਵੀ ਚੀਜ਼ ਦੇ ਦੇ ਇਹ ਵੀ ਚੀਜ਼ ਫੜਾ ਦੇ। ਚਲੋ ਗੁੱਸਾ ਛੱਡੋ ਦਾਦੀ ਜੀ ਕੋਈ ਗੱਲ ਨਹੀਂ ਮੈਂ ਕਰ ਲੈਣਾ ਤੁਸੀਂ ਟੈਨਸ਼ਨ ਨਾ ਲਓ ਮੈਂ ਵੇਖ ਕੇ ਆਉਂਦੀ ਮੰਮੀ ਨੂੰ ਜਾ ਵੇਖ ਕੇ ਆ ਤੇ ਫਿਰ ਮੁੜ ਕੇ ਮਾੜਾ ਮੋਟਾ ਚੱਲ ਕਰ ਲੈ ਜਿਹੜਾ ਮਸਾ ਹੈਗਾ ਹੀ ਕੰਮ ਬਸ ਠੀਕ ਹੈ। ਹਾਂ ਚਾਈ ਜੀ ਤੁਹਾਨੂੰ ਮੈਂ ਕਿੰਨੀ ਵਾਰੀ ਸਮਝਾਇਆ ਕਿ ਮੇਰੀ ਗੱਲ ਵਿੱਚ ਬੋਲਿਆ ਨਾ ਕਰੋ ਅੰਦਰ ਮੈਂ ਦੋ ਘੜੀਆਂ ਲੰਮੇ ਕੀ ਪੈ ਗਈ ਹਾਂ ਤੇ ਤੁਸੀਂ ਉਹਨੂੰ ਪੱਟੀਆਂ ਬਣਾਉਣ ਲੱਗ ਪਏ ਜੇ। ਮੈਂ ਇਹਨੂੰ ਕੀ ਕਿਹਾ ਮੈਂ ਤੈਨੂੰ ਇਹੋ ਹੀ ਕਿਹਾ ਕਿ ਵੇਖ ਅੰਦਰ ਜਾ ਕੇ ਜਸਮੀਰ ਵੇਖ ਕਿਸ ਤਰ੍ਹਾਂ ਡੰਬੇ ਪਈ ਹੋਈ ਹੈ ਤੈਨੂੰ ਕੰਮ ਕਰਨ ਦਾ ਕੋਈ ਨਹੀਂ ਫਿਕਰ ਹੈਗਾ। ਚਾਈ ਜੀ ਚੁੱਪ ਕਰੋ ਹੁਣ ਜਦੋਂ ਮੈਂ ਬੋਲਾਂ ਨਾ ਤੁਸੀਂ ਮੇਰੀ ਗੱਲ 'ਚ ਅੱਗੇ ਵੀ ਤੁਹਾਨੂੰ ਮੈਂ ਮਨਾ ਕੀਤਾ ਨਾ ਬੋਲਿਆ ਕਰੋ ਚੁੱਪ ਕਰੋ। ਕਿਰਨ ਰਸੋਈ ਦੀਆਂ ਬਾਰੀਆਂ ਸਾਫ਼ ਕਰ ਤੇ ਨਾਲੇ ਸਿਲੰਡਰ ਮੈਂ ਕਿਹਾ ਮੁੱਕਣ ਵਾਲਾ ਹੀ ਸਿਲੰਡਰ ਚੁੱਕ ਕੇ ਇੱਥੇ ਰੱਖ। ਆ ਤੇ ਉਹ ਕਿਉਂ ਰੱਖੇ ਤੁਸੀਂ ਆਪ ਥੋੜ੍ਹੀ ਦੇਰ ਰੱਖ ਲਓ ਥੋੜ੍ਹਾ ਬਹੁਤਾ ਕੰਮ ਵੀ ਕਰਾ ਲਿਆ ਕਰੋ ਉਹਦੇ ਨਾਲ ਤੁਹਾਡੇ ਕੋਲ ਸਿਲੰਡਰ ਚੁੱਕਿਆ ਜਾਂਦਾ ਉਹ ਵਿਚਾਰੀ ਉਹਦਾ ਰੋਟੀ ਰੋਟੀ ਸਭ ਕੁਛ ਬਣਾਉਣ ਦਾ ਹੀ ਹੈ ਥੋੜ੍ਹਾ ਬਹੁਤਾ ਸਾਡੇ ਨੂੰ ਵੀ ਲਾ ਲਿਆ ਕਰ ਥੋੜ੍ਹੇ ਜਿੰਨੇ। ਹਾਂਜੀ ਹਾਂਜੀ ਮੰਮੀ ਜੀ ਬਾਰੀਆਂ ਹੀ ਸਾਫ਼ ਕਰਨੀ ਆ ਆ ਗਈ। ਮੰਮੀ ਜੀ ਬਾਰੀਆਂ ਤੇ ਮੈਂ ਸਾਫ਼ ਕਰਦੀ ਹਾਂ ਪਰ ਉਹ ਫਰਿੱਜ ਤੇ ਸਿਲੰਡਰ ਮੇਰੇ ਕੋਲ ਉਰੇ ਨਹੀਂ ਹੁੰਦੇ ਆ ਬਹੁਤ ਭਾਰਾ ਵਾ ਉਹਨਾਂ ਨੂੰ ਮੈਂ ਕਿਵੇਂ ਚੁੱਕਾਂ ਉਹ ਨਹੀਂ ਮੈਂ ਕਰ ਸਕਦੀ ਮੇਰੇ ਕੋਲ ਬਿਲਕੁਲ ਵੀ ਨਹੀਂ ਹੁੰਦੇ ਆ ਇੱਧਰ ਸਾਰੇ ਕੰਮ ਤੂੰ ਉਹਨੂੰ ਕਹਿਣ ਡਈ ਹੈ ਇਹ ਕੰਮ ਤਾਂ ਸਾਰੇ ਮੁੰਡਿਆਂ ਦੇ ਨੇ ਉਹ ਕਿੱਥੇ ਸਿਲੰਡਰ ਚੁੱਕੇ ਉਹ ਕਿੱਥੋਂ ਫਰਿੱਜ ਨੂੰ ਪਰੇ ਕਰਕੇ ਸਫਾਈਆਂ ਕਰਾਵੇ ਇਹ ਕੰਮ ਮੁੰਡਿਆਂ ਨੂੰ ਕਿਹਾ ਕਰ। ਕਿਰਨ ਤੂੰ ਜਾ ਕਰ ਕੰਮ। ਹਾਂਜੀ ਮੰਮ। ਚਾਈ ਜੀ ਮੰਨਦੇ ਹੀ ਨਹੀਂ ਜੀ ਐਡੇ ਢੀਠ ਜੇ ਤੁਸੀਂ ਇਹ ਕੰਮ ਮੁੰਡਾ ਮੇਰਾ ਕਿਉਂ ਕਰੇ ਮੁੰਡਾ ਇਹਨਾਂ ਨੂੰ ਕਮਾ ਕੇ ਲਿਆ ਕੇ ਦੇਵੇ ਕਿ ਘਰ ਦੇ ਕੰਮ ਕਰੇ ਹੈ ਤੁਸੀਂ ਚੁੱਪ ਕਿਤੇ ਰਿਹਾ ਕਰੋ ਇਹ ਮੈਂ ਜਾਣ ਬੁੱਝ ਕੇ ਉਹਦੇ ਕੋਲ ਸਾਰੇ ਕੰਮ ਕਰਵਾਉਂਦੀ ਹਾਂ ਉਹਨੇ ਕੀ ਕਰਨਾ ਹੁੰਦਾ ਉਹ ਘਰ ਦੇ ਕੰਮ ਕਰੇ ਜੇ ਮੇਰਾ ਮੁੰਡਾ ਕਮਾਈ ਕਰਨ ਜਾਂਦਾ ਉਹ ਘਰ ਦੇ ਕੰਮ ਨਹੀਂ ਕਰ ਸਕਦੀ ਉਹਦਾ ਕੰਮ ਹੈ ਸਿਲੰਡਰ ਚੁੱਕੇ ਉਹਦਾ ਕੰਮ ਹੈ ਅਲਮਾਰੀਆਂ ਸਾਫ਼ ਕਰੇ ਅਲਮਾਰੀਆਂ ਇੱਧਰ ਉੱਧਰ ਕਰੇ ਫਰਿੱਜ ਚੁੱਕੇ ਮੇਰੀ ਗੱਲ ਸੁਣੋ ਮੇਰੇ ਪੁੱਤ ਨੂੰ ਤਾਂ ਇੱਕ ਛੁੱਟੀ ਹੁੰਦੀ ਜੇ ਠੀਕ ਹੈ ਉਹ ਰਮਾਣ ਕਰੇ ਬਸ ਮੈਂ ਨਹੀਂ ਚਾਹੁੰਦੀ ਕਿ ਮੇਰਾ ਪੁੱਤ ਉਹਦੇ ਹਰ ਕੋਈ ਆਖੇ ਲੱਗੇ ਮੈਂ ਤੁਹਾਨੂੰ ਦੱਸਦਾ ਮੈਂ ਤਾਂ ਕੰਮ ਉਹਦੇ ਕੋਲ ਕਰਵਾਉਣਾ ਜੇ ਭਾਵੇਂ ਸਮਝੋ ਚਲਾਕੀਆਂ ਨਾ ਕਰਵਾਉਣ ਡਈ ਹਾਂ ਜਿਸ ਤਰ੍ਹਾਂ ਮਰਜ਼ੀ ਕਰਵਾਉਣ ਡਈ ਹਾਂ ਮੈਂ ਉਹਦੇ ਕੋਲ ਹੀ ਕੰਮ ਕਰਵਾਉਣਾ ਅਤੇ ਮੇਰੇ ਕੰਮ 'ਚ ਤੁਸੀਂ ਦਖਲ ਅੰਦਾਜ਼ੀ ਨਹੀਂ ਜੇ ਦੇਣੀ ਬਸ। ਤੇਰੇ ਪੁੱਤਰ ਨੂੰ ਇੱਕ ਛੁੱਟੀ ਹੁੰਦੀ ਹੈ ਅਤੇ ਅਨੂ ਵਿਚਾਰੇ ਨੂੰ ਇੱਕ ਛੁੱਟੀ ਵੀ ਨਹੀਂ ਮਿਲਦੀ ਲੱਗੀ ਰਹਿੰਦੀ ਹੈ ਤੁਸੀਂ ਬਸ ਪੋਤਰੇ ਦੇ ਨਾ ਬਣਿਓ ਨੂੰਹ ਦੇ ਨਾ ਬਣਿਓ ਪੋਤਰੇ ਹੋ ਨੂੰਹ ਦੇ ਬਣ ਜਾਇਓ ਚੁੱਪ ਕਰੋ ਹੁਣ ਚੁੱਪ ਮੈਂ ਕੀ ਕਰਾਂ ਸਭ ਕੁਛ ਮੈਂ ਵੇਖਣ ਡਈ ਹਾਂ ਸਾਰਾ ਦਿਨ ਵਿਚਾਰੀ ਉਹ ਕੰਮ ਲੱਗੀ ਰਹਿੰਦੀ ਹੈ ਹੈ ਆਪਣੇ ਮੁੰਡੇ ਨੂੰ ਕੁਛ ਕਹਿੰਦੀ ਨਹੀਂ ਕਿ ਜਿਹੜਾ ਮਸਾਂ ਉਹ ਕੰਮ ਵੀ ਅੱਡ ਵੀ ਲਾ ਲਵੇ ਜੇ ਉਹਨੂੰ ਇੱਕ ਛੁੱਟੀ ਹੁੰਦੀ ਹੈ ਤੇ ਉਹਨੂੰ ਤਤੜੀ ਨੂੰ ਇੱਕ ਵੀ ਨਹੀਂ ਹੁੰਦੀ ਬਹੁਤਾ ਚਾਈ ਜੀ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਚੁੱਪ ਕਰ ਜਾਓ ਮੈਂ ਤਾਂ ਕੰਮ ਡਾਣਾ ਜੇ ਸਿਲੰਡਰ ਵੀ ਉਹਦੇ ਕੋਲ ਚੁਕਾਣੇ ਜੇ ਤੇ ਗਾਂ ਸਾਰਾ ਕੰਮ ਉਹਦੇ ਕੋਲ ਭਾਰਾ ਕੰਮ ਉਹਦੇ ਕੋਲ ਕਰਵਾਉਣਾ ਜੇ ਅੱਜ ਉਹ ਜੈਨ ਕੋ ਚੁੱਕਿਆ ਤੇ ਜਾਵੇ ਫਿਰ ਕੀ ਕਰੇਗੀ ਤੇ ਤੁਸੀਂ ਚੁੱਕ ਦਿਓ ਆਹ ਮੈਂ ਜੇ ਬੁੱਢੀ ਠੇਰੀ ਮੇਰੇ ਕੋਲ ਕਿੱਥੇ ਚੁੱਕਿਆ ਜਾਣਾ ਚਾਈ ਜੀ ਬਸ ਕਰ ਜਾਓ ਬਸ ਕਰ ਜਾਓ ਉਹਦੇ ਕੋਲ ਕੰਮ ਕਰਵਾਉਣਾ ਜੇ ਮੈਂ ਮੰਮੀ ਜੀ ਕਿਰਨ ਤੂੰ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਮੈਂ ਹੈਰਾਨ ਹਾਂ ਤੁਹਾਡੀਆਂ ਗੱਲਾਂ ਤੋਂ
कि तुसीं इहो जिहीआं चलाकियां करके मेरे को काम करवांदे सी। तुहानूं इह नहीं पता कि इह घर मेरा भी आ, जे तुसीं ना भी कहिंदे मैं तां वी सारा काम आप ही कर लैणा सी। तुहाडा मेरे ते हक आ, तुसीं कहो, पर इहो जिहीआं चलाकियां, तुहानूं पता मेरे मम्मी डैडी ने मैनूं शुरू तों इहो ही सिखाया सी कि जितना वड्डे कहण पुत्तर उतना ही तू करना, ते मैं उन्हां दी शिक्षा ते ही कायम रही। जितना तुसीं किया उतना ही मैं करदी गई, पर मैनूं इह नहीं पता सी तुसीं इह सब चलाकियां ना करवांदे जे। उन्होंने मेरे माँ प्यो ने शुरू तो ही कहा सी कि तेरे दो घर, एक पेके एक सोरे, ते तेरा असली घर उही आ, सारी उम्र तू उत्थे ही रहना, ते असली माँ प्यो भी तेरे उही आ। मैं ते तुहानू अपनी माँ ही समझदी सी, ते समझदी हाँ, पर मैनू ये नहीं पता सी कि तुसी मैनू अपनी नूँह नहीं समझदे, तुसी मैनू अपनी धी नहीं समझदे, तुसी ते बस ये सब काम करवाण पिछे करदे जी। हुण ही कुछ सीख लै, हजे भी नहीं तैनूं अकल आण दई। किरण, वाकई तू सही कह रही है, मैं तो तेनू अपना समझिया ही नहीं, मैं तो चलाकियां ना काम करवाती रही इहदे कोलों। ये भी सोचिया ये तो नूह हैगी है, मैं अपने बच्चों को क्यों इस तरह के काम करवावां, इहदे कोई सारा काम करवावां, तो उतना ही चाहिए जी मैं करती रही। पर किरण जिहड़ी तू अज गल कहती है ना कि मैं तैनू अपनी मां समझदी हाँ, सच्ची पुत तू मेरा दिल चेत लिया। चाहे जी तुसीं मैनू बड़ी देर का कहण डे जे कि तेरी धी हैगी है, मैं नूं ही समझदी रही, मैनू अपनी धी नहीं समझिया, पर मैं अज तो बाद अपनी धी समझांगी, जिहड़ा दा बनदा हक है उहनूं मैं दवांगी, मैं बराबर का काम अपने पोतों वांग करवावांगी, क्योंकि मैं पुत नूं अपना समझदी सी, इहनूं मैं बगाना समझदी सी। हाँ मेरी धी इधर आ जा, मेरी भोली नूं चाई जी, मैं तैनूं समझ नहीं पाई, बस सारा काम इहदे कोल करवांदी रही, बाजार दा कोई भी काम इहदे कोल करवांदी रही, ते अपने मुंडे नूं कुछ कंदी नहीं रही, पर इह नहीं पता इह मेरी अपनी है, मैं अपने बच्चों बस अपना समझ रही, इन्हू नहीं मैं अपना समझिया। चल हूं तो अकल आ गई ना, आ गई चाई जी, आहो हूं ही सियानी बन जा, ठीक है चाई जी, इस गल वेख ही सियानी बन जा, ठीक है चाई जी, मेरी भोली भाली नूं।